ਭਾਈ ਸਾਹਿਬ, ਇੱਕ ਜਿਹੜਾ ਪੰਜਾਬ ਦੇ DGP ਦਾ ਪਰਸੋਂ ਬਿਆਨ ਆਇਆ ਇੱਕ ਸਿੱਖਾਂ ਬਾਰੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਾਡੀ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਉਹਦੇ 'ਤੇ ਪੂਰਾ ਸਟੈਂਡ ਲੈ ਰਿਹਾ ਜੀ, ਅਤੇ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਹੋਣਗੇ ਅਸੀਂ ਸਾਰੀ ਕੌਮ ਤਤਪਰ ਹਾਂ ਜੀ, ਉਸੇ ਤਰ੍ਹਾਂ ਕਰਾਂਗੇ। ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਗੁਰਸਥਾਨਾਂ ਦੇ ਉੱਤੇ ਜਾਂ ਸਿੱਖਾਂ ਦੀਆਂ ਭਾਵਨਾਵਾਂ 'ਤੇ ਇੱਦਾਂ ਉਂਗਲ ਚੁੱਕਣ। ਭਾਈ ਸਾਹਿਬ, ਤੁਹਾਨੂੰ ਲੱਗਦਾ ਵੀ ਜਿੱਦਾਂ ਅੱਜ ਕੱਲ੍ਹ ਗੱਲ ਹੁੰਦੀ ਆ, ਗੱਲ ਚੱਲ ਰਹੀ ਆ ਵੀ ਸਿੱਖ ਅੱਤਵਾਦੀ, ਜਿਹਦਾ ਕਹਿਣ ਦਾ ਇਨਡਾਇਰੈਕਟਲੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਸਿੱਖ ਅੱਤਵਾਦੀ ਆ, ਕਿਉਂਕਿ ਜਾਣਦਾ ਉਹਨਾਂ ਨੂੰ ਉੱਥੇ ਹੱਕ ਜਿਹੜਾ ਦਿੱਤਾ ਗਿਆ ਉਹ ਸਿੱਖਾਂ ਨੂੰ ਹੀ ਦਿੱਤਾ ਗਿਆ। ਅਤੇ ਅੱਜ ਮੈਂ ਹੁਣੇ ਆ ਰਿਹਾ ਸੀਗਾ ਲਾਈਟਾਂ ਦੇ ਉੱਤੇ, ਲਾਈਟ ਪੁਆਇੰਟਸ ਦੇ ਉੱਤੇ ਵੀ ਜਿਹੜੇ ਭਿਖਾਰੀ ਖੜ੍ਹੇ ਹੁੰਦੇ ਆ, ਹੋਰ ਖੜ੍ਹੇ ਹੁੰਦੇ ਆ, ਉਹ ਭਾਵੇਂ ਹੋਰ ਕਿਸੇ ਕੋਲ ਜਾਣ ਨਾ ਜਾਣ, ਸਰਦਾਰ ਬੰਦੇ ਦੀ ਜਦੋਂ ਪੱਗ ਦੇਖਦੇ ਨਾ ਵੀ ਸਰਦਾਰ ਬੰਦਾ ਹੈਗਾ, ਉਹਦੇ ਕੋਲ ਜ਼ਰੂਰ ਜਾਂਦੇ ਆ। ਇੱਕ ਇਹ ਸਾਰਿਆਂ ਦੇ ਅੰਦਰ ਪਿਕਚਰ ਬਣੀ ਹੋਈ ਆ ਸਰਦਾਰ ਬੰਦੇ ਦੀ ਵੀ, ਇਹ ਦਿਆਲੂ ਹੁੰਦਾ, ਇਹਦੇ ਅੰਦਰ ਦਇਆ ਭਾਵਨਾ ਬਹੁਤ ਭਰੀ ਹੋਈ ਆ ਕਿ ਵਾਕਈ ਵੀ ਇੱਦਾਂ ਹੋ ਗਿਆ ਵੀ ਉਹ ਪੁਰਾਣਾ ਜਿਹੜਾ ਮਾਹੌਲ ਚੱਲਦਾ ਰਿਹਾ ਸੀ 1984 ਤੋਂ ਬਾਅਦ ਦਾ, ਜਿਹੜਾ ਬਦਨਾਮ ਕੀਤਾ ਜਾ ਰਿਹਾ ਸੀ, ਅੱਜ ਜਿਹਦੇ ਕਾਰਨ ਪੰਜਾਬ ਪੁਲਿਸ ਅੱਜ ਵੀ ਬਦਨਾਮ ਹੈਗੀ ਆ, ਉਹ ਦੁਬਾਰਾ ਉਸ ਨੂੰ ਜਗਾਇਆ ਜਾ ਰਿਹਾ। ਜਿਹੜੀ ਸਤਿਗੁਰੂ ਜੀ ਨੇ ਸਾਨੂੰ ਪਹਿਚਾਣ ਦਿੱਤੀ ਹੈ, ਲੋੜ ਹੈ ਵੀ ਅਸੀਂ ਬਰਕਰਾਰ ਰਹੀਏ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਅਸੂਲਾਂ ਦੇ ਉੱਤੇ, ਦਿੱਤੇ ਹੋਏ ਸਿਧਾਂਤ 'ਤੇ। ਇਹਨਾਂ ਲੋਕਾਂ ਦੀ ਗੰਦੀ ਸੋਚ ਦਾ ਪ੍ਰਗਟਾਵਾ ਹੀ ਹੈ, ਉਹਦੇ ਨਾਲ ਕੋਈ ਵੀ ਸਾਡਾ ਵਿਗੜਨ ਵਾਲਾ ਨਹੀਂ ਜੀ। ਧੰਨਵਾਦ ਜੀ। ਸੋ ਦੋਸਤੋ, ਅਸੀਂ ਹੁਣੇ ਗੱਲ ਕਰਕੇ ਹਟੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬਾਨ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਆਪਣੇ ਵਿਊਜ਼ ਦਿੱਤੇ ਆ। ਉਹ ਜਿਹੜਾ DGP ਦਿਨਕਰ ਗੁਪਤਾ ਦਾ ਬਿਆਨ ਆਇਆ ਸ਼੍ਰੀ ਕਰਤਾਰਪੁਰ ਸਾਹਿਬ ਜੀ ਨੂੰ ਲੈ ਕੇ, ਸਿੰਘ ਸਾਹਿਬ ਜੀ ਨੇ ਆਪਣੇ ਬਿਆਨ ਦਿੱਤੇ ਆ। ਸੋ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਵੇਖਣ ਲਈ।